ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਫੋ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੋਂ ਆਪਾਂ ਹੁਣ ਪੀਟੀ ਪਲੱਸ ਵੀ ਕਲਰਕ ਦੇ ਪੇਪਰ ਅਤੇ ਐਫਸੀਆਈ ਵਾਚਮੈਨ ਦੇ ਪੇਪਰ ਦੀ ਜਿਹੜੀ ਤਿਆਰੀ ਉਹ ਸ਼ੁਰੂ ਕਰ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਕਿ ਅਸੀਂ ਤੁਹਾਨੂੰ ਵਾਟਨਰ ਦੇ ਪੇਪਰ ਦੀ ਤਿਆਰੀ ਕਰਵਾਈ ਸੀ ਠੀਕ ਹੈ ਲਗਭਗ ਪੂਰਾ ਹੀ ਪੂਰਾ ਪੇਪਰ ਜਿਹੜਾ ਵੀਐਫਯੂਐਸ ਨੇ ਲਿਆ ਉਹ ਸਾਰੇ ਕੁਐਸਚਨ 90 ਦੇ 90 ਕੁਐਸਚਨ ਆਪਣੀਆਂ ਹੀ ਵੀਡੀਓਜ਼ ਵਿੱਚ ਜਿਹੜੇ ਕਵਰ ਹੋ ਗਏ ਸਨ ਇਸ ਲਈ ਸਟੂਡੈਂਟ ਦੀ ਮੰਗ ਅਨੁਸਾਰ ਅਸੀਂ ਪੀਟਰ ਪਲੱਸ ਬੀ ਕਲਰਕ ਦੇ ਪੇਪਰ ਅਤੇ ਐਫਸੀਆਈ ਜਿਹੜਾ ਵਾਚਮੈਨ ਦਾ ਪੇਪਰ ਤੁਹਾਡਾ ਹੋਣਾ ਹੈ ਉਸ ਦੀ ਤਿਆਰੀ ਜਿਹੜੀ ਸ਼ੁਰੂ ਕਰ ਰਹੇ ਹਾਂ ਇਹਨਾਂ ਦੋਹਾਂ ਪੇਪਰਾਂ ਵਿੱਚ ਜਿਵੇਂ ਕਿ ਕਲਰਕ ਦੇ ਪੇਪਰ ਜਿਹੜੀ ਜੀਕੇ ਆਉਣੀ ਹੈ ਉਹ 10th ਲੈਵਲ ਤੱਕ ਦੀ ਆਉਣੀ ਹੈ ਅਤੇ ਐਫਸੀਆਈ ਵਾਚਮੈਨ ਦੇ ਪੇਪਰ ਚ ਜਿਹੜੀ ਜੀਕੇ ਆਉਣੀ ਹੈ ਉਹ 8th ਲੈਵਲ ਤੱਕ ਆਉਣੀ ਹੈ ਲਗਭਗ ਦੋਹਾਂ ਦੀ ਜੀਕੇ ਮਿਲਦੀ ਹੀ ਹੈ ਇਸ ਕਰਕੇ ਦੋਹਾਂ ਦੀ ਜਿਹੜੀ ਜੀਕੇ ਦੀ ਤਿਆਰੀ ਉਹ ਆਪਾਂ ਇਕੱਠੀ ਸ਼ੁਰੂ ਕਰ ਰਹੇ ਹਾਂ ਅੱਜ ਦੀ ਇਸ ਵੀਡੀਓ ਚ ਤੁਹਾਡੇ ਪੋਲੀਟੀ ਕਨਸਟੀਟਿਊਸ਼ਨ ਸੰਵਿਧਾਨ ਦੇ ਬ ਅਸੀਂ ਤੁਹਾਨੂੰ ਸਿਰਫ ਪੰਜਾਬੀ ਵਿੱਚ ਕਲਰਕ ਦੇ ਸਟੱਡੀ ਨੋਟਸ ਅਤੇ ਕਲਰਕ ਦੇ ਪੰਜ ਮੌਕ ਟੈਸਟ ਪੰਜਾਬੀ ਵਿੱਚ ਹੀ ਅਤੇ FCI ਵਾਚਮੈਨ ਦੇ ਸਟੱਡੀ ਨੋਟਸ ਵੀ ਪੰਜਾਬੀ ਵਿੱਚ ਪ੍ਰੋਵਾਈਡ ਕਰਵਾ ਰਹੇ ਹਾਂ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਪੀਟੀ ਪਲੱਸਬੀ ਕਲਰਕ ਦੇ ਪੰਜ ਮੌਕ ਟੈਸਟ ਪੰਜਾਬੀ ਭਾਸ਼ਾ ਵਿੱਚ ਦੋ ਮੌਕ ਟੈਸਟ ਇੰਗਲਿਸ਼ ਵਿੱਚ ਇਸ ਤੋਂ ਇਲਾਵਾ ਸਟੱਡੀ ਮਟੀਰੀਅਲ ਪੀਡੀਐਫਸ ਦੇ ਰੂਪ ਵਿੱਚ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 249 ਰੁਪਏ ਦੇ ਵਿੱਚ ਇਸ ਤੋਂ ਇਲਾਵਾ FCI ਵਾਚਮੈਨ ਦੇ ਜੀਕੇ ਦੇ ਸਟੱਡੀ ਨੋਟਸ ਪੰਜਾਬੀ ਵਿੱਚ ਪਲੱਸ ਦੋ ਮੌਕ ਟੈਸਟ ਇੰਗਲਿਸ਼ ਵਿੱਚ ਜਿਹੜੇ ਇਹ 199 ਰੁਪਏ ਦੇ ਵਿੱਚ ਮਿਲਣਗੇ ਤੁਸੀਂ ਸਾਡੇ ਵੱਲੋਂ ਤਿਆਰ ਕੀਤੇ ਸਟੱਡੀ ਨੋਟਸ ਅਤੇ ਮੋਕ ਟੈਸਟਾਂ ਦੀ ਕੁਆਲਿਟੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਅਸੀਂ ਵਾ ਟੈਂਡਰ ਦੇ 5 ਮੋਕ ਟੈਸਟ ਤਿਆਰ ਕੀਤੇ ਸੀ ਜਿਨ੍ਹਾਂ ਵਿੱਚੋਂ 5 ਮੋਕ ਟੈਸਟਾਂ ਵਿੱਚ 90 5 450 ਕੁਐਸਚਨ ਬਣਦਾ ਸੀ ਜਿਨ੍ਹਾਂ ਵਿੱਚੋਂ ਸਿੱਧੇ-ਸਿੱਧੇ 30 ਕੁਐਸਚਨ ਸਾਡੇ 5 ਮੋਕ ਟੈਸਟਾਂ ਵਿੱਚੋਂ ਹੀ ਸਿੱਧੇ ਪੇਪਰ ਵਿੱਚ ਆ ਗਏ ਸਨ ਇਸ ਤੋਂ ਇਲਾਵਾ ਬਾਕੀ ਦਾ ਜਿੰਨਾ ਪੇਪਰ ਰਹਿ ਗਿਆ ਸੀ ਸਾਰੇ ਕੁਐਸਚਨ ਇੱਕਦਕਾਂ ਕੁਐਸਚਨ ਨੂੰ ਛੱਡ ਕੇ ਸਾਰੇ ਹੀ ਸਾਡੇ ਵੱਲੋਂ ਤਿਆਰ ਕੀਤੀਆਂ ਸਟੱਡੀ ਨੋ ਵੀਡੀਓਜ਼ ਜਿਹੜੀਆਂ ਵਾਟਨ ਦੇ ਦੁਆਲੇ ਤਿਆਰ ਕੀਤੀਆਂ ਸਨ ਪਿਛਲੇ ਇੱਕ ਸਾਲ ਤੋਂ ਤਿਆਰੀ ਕਰਵਾਉਂਦੇ ਆ ਰਹੇ ਸੀ ਉਹਨਾਂ ਵਿੱਚੋਂ ਹੀ ਸਾਰਾ ਕੁਝ ਕੰਪਲੀਟ ਜਿਹੜਾ ਹੋ ਗਿਆ ਸੀ ਕੋਈ ਵੀ ਪੇਪਰ ਚ ਕੁਐਸਚਨ ਬਾਹਰ ਨਹੀਂ ਸੀ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਪੀਟ੍ਰੀ ਪਲੱਸ ਵੀ ਕਲਰਕ ਦੇ ਐਫਸੀਆਈ ਵਾਚਮੈਨ ਦੇ ਪੇਪਰ ਵਿੱਚ ਵੀ ਅਜਿਹਾ ਹੋਣ ਦੀ ਸੰਭਾਵਨਾ ਹੋਵੇ ਪ੍ਰਮਾਤਮਾ ਕਰੇ ਕਾਫੀ ਹਿੱਸਾ ਪੇਪਰ ਦਾ ਇਹਨਾਂ ਨੋਟਸ ਵਿੱਚੋਂ ਹੀ ਕੰਪਲੀਟ ਹੋ ਜਾਵੇ ਤਾਂ ਕਿ ਜਿਹੜੇ ਸਟੂਡੈਂਟ ਇਸ ਤੋਂ ਮਿਹਨਤ ਕਰਨਗੇ ਉਹਨਾਂ ਨੂੰ ਵਧੀਆ ਇਸ ਦਾ ਰਿਜ਼ਲਟ ਮਿਲੇ ਬਾਕੀ ਇਸ ਦੇ ਲਈ ਤੁਸੀਂ ਪੇ ਕਿਵੇਂ ਕਰਨਾ ਤੁਹਾਡੇ ਸਕਰੀਨ ਉੱਤੇ ਨੰਬਰ ਦਿੱਤੇ ਹੋਏ ਹਨ 9041815272 ਸਿਰਫ ਓਨਲੀ ਓਨ ਵਟਸਐਪ ਕਰਨਾ ਹੈ ਤੁਸੀਂ ਇਸ ਉੱਤੇ ਇਸ ਉੱਤੇ ਤੁਸੀਂ ਪੇਮ ਕਿਵੇਂ ਕਰਨਾ ਹੈ ਪੇਮੈਂਟ ਜਿਹੜੀ ਤੁਸੀਂ Google Pay Paytm PhonePe ਕਿਸੇ ਵੀ ਤਰ੍ਹਾਂ ਕਰ ਸਕਦੇ ਹੋ ਪੇਮੈਂਟ ਕਰਨ ਤੋਂ ਬਾਅਦ ਤੁਸੀਂ ਸਕਰੀਨ ਸ਼ਾਟ ਭੇਜਣਾ ਹੈ ਉਸ ਨੰਬਰ ਉੱਤੇ ਵਟਸਐਪ ਅਤੇ ਨਾਲ ਦੀ ਨਾਲ ਦੱਸਣਾ ਹੈ ਕਿ ਤੁਹਾਨੂੰ ਕਿਹੜੇ ਮੋਕ ਟੈਸਟ ਦੇ ਹਨ 249 ਪੀਟੀਪਲਸ ਵੀ ਕਲਰਕ ਜਾਂ ਫਿਰ ਐਫਸੀਆਈ ਵਾਚਮੈਨ ਵਾਲੀ ਠੀਕ ਹੈ ਉਹ ਤੁਹਾਨੂੰ ਮਿਲ ਜਾਣਗੇ PT Plus B Clerk ਦੇ ਲਈ ਅਸੀਂ ਸਿਰਫ ਹਲੇ ਸਟੱਡੀ ਮਟੀਰੀਅਲ ਮੁਹੱਈਆ ਕਰਵਾ ਰਹੇ ਹਾਂ ਜਿਹੜੇ 5 ਮੌਕ ਟੈਸਟ ਪੰਜਾਬੀ ਵਿੱਚ ਹਨ ਉਹ ਸਿਲੇਬਸ ਆਉਣ ਤੋਂ ਬਾਅਦ ਮਿਲਣਗੇ 2 ਮੌਕ ਟੈਸਟ ਅਸੀਂ ਤੁਹਾਨੂੰ ਨਾਲ ਦੀ ਨਾਲ ਦੇ ਦੇਵਾਂਗੇ ਕਿਉਂਕਿ ਸਿਲੇਬਸ ਦੇ ਪੈਟਰਨ ਮੁਤਾਬਕ ਜਿਹੜਾ ਤੁਹਾਡਾ ਮੌਕ ਟੈਸਟ ਹੈ ਉਹ ਤਿਆਰ ਕਰਾਂਗੇ ਬਾਕੀ ਜਿਹੜੇ ਬੈਂਕ ਥਰੂ ਪੇਮੈਂਟ ਕਰਨਾ ਚਾਹੁੰਦੇ ਹਨ ਬੈਂਕ ਦਾ ਤੁਹਾਨੂੰ ਨੰਬਰ ਦਿਖ ਰਿਹਾ ਹੈ ਆਈ ਐਫ ਐਸ ਸੀ ਵਗੈਰਾ ਉਸ ਤੋਂ ਜਿਹੜੇ ਪੇਮੈਂਟ ਤੁਸੀਂ ਕਰ ਸਕਦੇ ਹੋ WhatsApp ਕਰੋ 90418 15272 ਤੁਹਾਨੂੰ ਸਾਰੀ ਡਿਟੇਲ ਮਿਲ ਜਾਵੇਗੀ ਕੁਐਸਚਨ ਨੰਬਰ 1 ਭਾਰਤ ਦੇ ਰਾਸ਼ਟਰੀ ਗਾਣ ਦਾ ਐਂਥਮ ठीक है ये आंसर देना आपने चार ऑप्शन अपनी स्क्रीन ने सही आंसर है जरा इसका होगा रविंद्र नाथ टैगोर ठीक है अगला अपने को दूजे नंबर क्वेश्चन आ जाता है साढ़ा राष्ट्रीय गान कड़ा है ठीक है क्वेश्चन नंबर दो राष्ट्रीय गान कड़ा है पता ही होना थोनों तो सारों कई बार इदा के कॉमन क्वेश्चन ही पूछ ले जाने हैं अधिनायक ठीक है इन्होंने क्वेश्चन नंबर तीन थोड़ी स्क्रीन उ देख सकते हो भारत का राष्ट्रीय जानवर कहड़ा है चिता ठीक है अगला भारत का राष्ट्रीय पंछी के क्वेश्चन नंबर चार है, का है? मोर अगला क्वेश्चन अपने को भारत का राष्ट्रीय फुल कमल कम फुल ठीक है अगला क्वेश्चन अपने को सारे जहाँ से अच्छा हिंदू सता हमारा लेखित कौन सी बहुत इंपॉर्टेंट क्वेश्चन है काफ़ी बार एग्जाम आया होश्चन ठीक है इन्होंमद इकबाल ਅਗਲਾ ਕੁਐਸਚਨ ਆਪਣੇ ਕੋਲ ਬੰਦੇ ਮਾਤਰਮ ਕਿਸ ਨੇ ਲਿਖਿਆ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਕਾਫੀ ਵਾਰ ਆ ਜਾਂਦਾ ਐਗਜ਼ਾਮ ਵਿੱਚ ਬੰਦੇ ਮਾਤਰਮ ਜਿਹੜਾ ਉਹ ਬੰਕਿਮ ਚੰਦਰ ਚੈਟਰਜੀ ਨੇ ਲਿਖਿਆ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਸਾਡੇ ਰਾਸ਼ਟਰੀ ਝੰਡੇ ਵਿੱਚ ਉੱਪਰੋਂ ਥੱਲੇ ਰੰਗ ਹਨ ਕਿਹੜੇ-ਕਿਹੜੇ ਹੈ ਇਹ ਆਪਣੇ ਸਿਮੈਟਰੀ ਵਾਈਸ ਦੱਸਣੀ ਹੈ ਪਹਿਲਾਂ ਆ ਜਾਂਦਾ ਕੇਸਰੀ ਫਿਰ ਚਿੱਟਾ ਫਿਰ ਹਰਾ ਠੀਕ ਹੈ ਇਹ ਸਹੀ ਆਨਸਰ ਹੈ ਅਗਲਾ ਕੁਐਸਚਨ ਆਪਣੇ ਕੋਲ 9th ਕੁਐਸਚਨ ਆ ਗਿਆ ਭਾਰਤ ਦੇ ਰਾਸ਼ਟਰੀ ਚਿੰਨ੍ਹ ਹੈਟਲੀਆਂ ਚੋਂ ਕਿਹੜੇ ਹਨ ਠੀਕ ਹੈ ਦਸਣਾ ਆਪਾਂ ਨੇ ਰਾਸ਼ਟਰੀ ਚਿੰਨ੍ਹ ਹਿੰਦੀ ਵਿੱਚ ਕਿਹੜਾ ਸ਼ਬਦ ਹੈ ਜਿਹੜਾ ਲਿਖਿਆ ਹੋਇਆ ਹੈ ਰਾਸ਼ਟਰੀ ਚਿੰਤੇ ਉਹ ਹੈ ਸਤਿਅਮੇਵ ਜਯਤੇ ਅਗਲਾ ਕੁਐਸਚਨ ਭਾਰਤ ਦੇ ਰਾਸ਼ਟਰੀ ਚਿੰਨ੍ਹ ਨੂੰ ਕਦੋਂ ਅਪਣਾਇਆ ਗਿਆ ਬਹੁਤ ਇੰਪੋਰਟੈਂਟ ਹੈ ਇਹ ਵੀ ਆ ਜਾਂਦਾ ਐਗਜ਼ਾਮ ਵਿੱਚ ਰਾਸ਼ਟਰੀ ਚਿੰਨ੍ਹ ਨੂੰ ਜਿਹੜਾ 26 ਜਨਵਰੀ 1950 ਨੂੰ ਅਪਣਾਇਆ ਗਿਆ ਅਗਲਾ ਕੁਐਸਚਨ ਭਾਰਤ ਦੇ ਰਾਸ਼ਟਰੀ ਚਿੰਨ੍ਹ ਦੇ ਮੂਲ ਸਤੰਭ ਵਿੱਚ ਕਿੰਨੇ ਸ਼ੇਰ ਹਨ ਬਹੁਤ ਇੰਪੋਰਟੈਂਟ ਹੈ ਤਿੰਨ ਨਹੀਂ ਹੈਗੇ ਤੇ ਚਾਰ ਹਨ ਠੀਕ ਹੈ ਚਾਰ ਸ਼ੇਰਾਂ ਵਾਲੀ ਮੂਰਤੀ ਜਿਹੜੇ ਕਹਿੰਦੇ ਆਸੀਂ ਉਹ ਹੈ ਇਹ ਅਗਲਾ ਕੁਐਸਚਨ ਭਾਰ ਦੇ ਰਾਸ਼ਟਰੀ ਚਿੰਨ੍ਹ ਵਿੱਚ ਹੇਠ ਲਿਖੇ ਸ਼ਬਦ ਸਤਿਅਮੇਵ ਜਯਤੇ ਕਿੱਥੋਂ ਲਏ ਗਏ ਹਨ ਇਹ ਵੀ ਬਹੁਤ ਇੰਪੋਰਟੈਂਟ ਹੈ ਆ ਜਾਂਦਾ ਇਹ ਜਿਹੜਾ ਆਪਣਾ ਕੁਐਸਚਨ ਹੈ ਇਹ ਕਾਫੀ ਵਾਰ ਐਗਜ਼ਾਮ ਵਿੱਚ ਆਇਆ ਹੋਇਆ ਮੈਂ ਤੁਹਾਨੂੰ ਪਿੱਛੇ ਵੀ ਕਰਾਇਆ ਸੀਗਾ ਠੀਕ ਹੈ ਮੁੰਡਰੀ ਉਪਨਿਸ਼ਦ ਚੋਂ ਲਏ ਗਏ ਨੇ ਇਹ ਠੀਕ ਹੈ ਇਹ ਕੁਐਸਚਨ ਆ ਜਾਂਦਾ ਸਤਿਅਮੇਵ ਜਯਤੇ ਇਹ ਆ ਜਾਂਦਾ ਸਤਿਅਮੇਵ ਜਯਤੇ ਕਿੱਥੇ ਹੈ ਇਹ ਰਾਸ਼ਟਰੀ ਚਿੰਨ੍ਹ ਤੇ ਹੈ ਤਿੰਨ ਚਾਰ ਛੇ ਰਾਂ ਵਾਲੀ ਮੂਰਤੀ ਜਿਹੜੀ ਆਪਾਂ ਠੀਕ ਹੈ ਉਹਦੇ ਉੱਤੇ ਲਿਖਿਆ ਹੋਇਆ ਹੈ ਕਿੱਥੋਂ ਲਏ ਗਏ ਮੁੰਡਰੀਕ ਉਪਨਿਸ਼ਦ ਚੋਂ ਠੀਕ ਹੈ ਅਗਲਾ ਕੁਐਸਚਨ ਪਰਾਦੇ ਰਾਸ਼ਟਰੀ ਝੰਡੇ ਦੀ ਚੜਾਈ ਅਤੇ ਲੰਬਾਈ ਦਾ ਅਨੁਪਾਤ ਕੀ ਹੈ ਬਹੁਤ ਇੰਪੋਰਟੈਂਟ ਹੈ ਵੀ ਕੁਐਸਚਨ ਕਾਫੀ ਵਾਰ ਇਗਜ਼ਾਮ ਚ ਆਉਂਦਾ 2:3 ਹੈ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਭਾਰਤ ਦੇ ਰਾਸ਼ਟਰੀ ਝੰਡੇ ਵਿੱਚ ਦਰਸਾਏ ਚੱਕਰ ਵਿੱਚ ਕਿੰਨੀਆਂ ਤਰ੍ਹਾਂ ਕਿੰਨੀਆਂ ਜਿਹੜੀਆਂ ਸਪੋਕਸ ਹੁੰਦੀਆਂ ਤਾਰਾ ਹਨ ਠੀਕ ਹੈ ਉਸ ਦਾ ਸਹੀ ਅਨਸਰ ਹੈ ਇਸ ਵਿੱਚ 14 24 ਸੌਰੀ 15ਵਾਂ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਠੀਕ ਹੈ ਭਾਰਤ ਦੇ ਰਾਸ਼ਟਰੀ ਗਾਣ ਨੂੰ ਕਦੋਂ ਅਪਣਾਇਆ ਗਿਆ ਇੰਪੋਰਟੈਂਟ ਹੈ ਆ ਜਾਂਦਾ ਹੈ 24 ਜਨਵਰੀ 1950 ਨੂੰ ਠੀਕ ਹੈ ਅਗਲਾ ਕੁਐਸਚਨ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਕਦੋਂ ਅਪਣਾਇਆ ਗਿਆ ਪਤਾ ਹੀ ਹੋਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਇਹ 22 ਜੁਲਾਈ 1947 ਨੂੰ ਸੀ ਠੀਕ ਹੈ ਅਗਲਾ ਕੁਐਸਚਨ ਭਾਰਤ ਦਾ ਰਾਸ਼ਟਰੀ ਕੈਲੰਡਰ ਕਦੋਂ ਲਾਗੂ ਕੀਤਾ ਗਿਆ ਇਹ ਵੀ ਇੰਪੋਰਟੈਂਟ ਕੁਐਸਚਨ ਹੈ 22 ਮਾਰਚ 1957 ਨੂੰ ਰਾਸ਼ਟਰੀ ਕੈਲੰਡਰ ਜਿਹੜਾ ਲਾਗੂ ਕੀਤਾ ਗਿਆ ਭਾਰਤ ਦੇ ਰਾਸ਼ਟਰੀ ਕੈਲੰਡਰ ਦੇ ਪਹਿਲੇ ਤੇ ਆਖਰੀ ਮਹੀਨੇ ਦਾ ਨਾਮ ਦੱਸਣਾ ਪਹਿਲਾ ਮਹੀਨਾ ਆਪਣਾ ਚੇਤ ਹੈ ਤੇ ਲਾਸਟ ਵਾਲਾ ਫੱਗਣ ਹੈ ਅਗਲਾ ਕੁਐਸਚਨ ਭਾਰਤੀ ਰਾਸ਼ਟਰੀ ਚਿੰਨ੍ਹ ਦੇ ਦੀ ਚਿੱਟੇ ਰੰਗ ਦੀ ਪੱਟੀ ਵਿੱਚ ਦਿੱਤੀ ਗਈ ਚੱਕਰੀ ਦਾ ਰੰਗ ਕਿਹੜਾ ਹੈ ਜੀ ਠੀਕ ਹੈ ਜਿਹੜੀਆਂ ਲਾਈਨਾਂ ਹੁੰਦੀਆਂ ਉਹਨਾਂ ਦਾ ਰੰਗ ਕੀ ਹੈ ਤੇ ਉਹ ਚੱਕਰ ਜਿਹੜਾ ਉਸ ਦਾ ਬਲੂ ਹੈ ਨੇਵੀ ਬਲੂ ਠੀਕ ਹੈ ਭਾਰਤੀ ਰਾਸ਼ਟਰੀ ਚਿੰਨ੍ਹ ਵਿੱਚ ਕਿੰਨੇ ਸ਼ੇਰ ਦਿਖਾਈ ਦਿੰਦੇ ਹਨ ਰਾਸ਼ਟਰੀ ਚਿੰਨ੍ਹ ਵਿੱਚ ਦੱਸਣਾ ਆਪਾਂ ਨੇ ਕਿੰਨੇ ਸ਼ੇਰ ਦਿਖਾਈ ਦਿੰਦੇ ਹਨ ਸਹੀ ਆਨਸਰ ਹੈ ਜਿਹੜਾ 3 ਸ਼ੇਰ ਦਿਖਾਈ ਦਿੰਦੇ ਹਨ ਇੱਕ ਸ਼ੇਰ ਹੈ ਜਿਹੜਾ ਉਹ ਪਿੱਛੇ ਹੁੰਦਾ ਹੈ ਹੁੰਦੇ 4 ਸ਼ੇਰ ਹਨ ਪਰ ਜੇ ਆਪਾਂ ਨੂੰ ਕੁਐਸਚਨ ਆ ਜਾਵੇ ਕਿੰਨੇ ਸ਼ੇਰ ਦਿਖਾਈ ਦਿੰਦੇ ਹਨ ਫਿਰ ਆਉਂਗਾ ਤਿੰਨ ਅਨਸਰ ਜੀ ਆਜਿਏ ਕਿੰਨੇ ਸ਼ੇਰ ਹੁੰਦੇ ਹਨ ਫਿਰ ਆਉਣ ਅਨਸਰ ਚਾਰ ਠੀਕ ਹੈ ਇਸ ਕਨਫਿਊਜ਼ ਨਾ ਹੋਏ ਕੁਐਸਚਨ ਇੰਪੋਰਟੈਂਟ ਹੈ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਸਭ ਤੋਂ ਪਹਿਲਾਂ ਕਿੱਥੇ ਲਹਿਰਾਇਆ ਗਿਆ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਸਭ ਤੋਂ ਪਹਿਲਾਂ ਕਿੱਥੇ ਲਹਿਰਾਇਆ ਗਿਆ ਸਹੀ ਅਨਸਰ ਦੱਸਣਾ ਤੁਸੀਂ ਇਹ ਸੰਸਦ ਭਵਨ ਵਿਖੇ ਅਗਲਾ ਕੁਐਸਚਨ ਆਪਣੇ ਕੋਲ ਭਾਰਤੀ ਝੰਡਾ ਕਿਸ ਕੱਪੜੇ ਦਾ ਬਣਿਆ ਹੋਇਆ ਹੈ ਠੀਕ ਹੈ ਇਹ ਹੈ ਸੂਤੀ ਪਾਪਲਿਨ ਕੱਪੜੇ ਦਾ ਜਿਹੜਾ ਬਣਿਆ ਹੁੰਦਾ ਹੈ ਠੀਕ ਹੈ ਭਾਰਤ ਦੇ ਪੂਰੇ ਰਾਸ਼ਟਰੀ ਗੀਤ ਨੈਸ਼ਨਲ ਐਂਥਮ ਨੂੰ ਗਾਉਣ ਵਿੱਚ ਲਗਭਗ ਕਿੰਨਾ ਸਮਾਂ ਲੱਗ ਠੀਕ ਹੈ ਇਹ ਪਤਾ ਹੋਣਾ ਚਾਹੀਦਾ ਤੁਹਾਨੂੰ 52 ਸੈਕਿੰਡ ਦਾ ਇਹ ਕੁਐਸਚਨ ਕਾਫੀ ਵਾਰ ਰਿਪੀਟ ਹੋਇਆ ਐਗਜ਼ਾਮ ਚ ਭਾਰ ਦੇ ਰਾਸ਼ਟਰੀ ਗੀਤ ਦੇ ਪੰਜ ਸ਼ਲੋਕਾਂ ਵਿੱਚੋਂ ਸੁਰੱਖਿਆ ਸੈਨਾ ਦੇ ਕਿੰਨੇ ਸ਼ਲੋਕ ਜਿਹੜੇ ਅਪਣਾਏ ਗਏ ਆ ਠੀਕ ਹੈ ਇਹ ਦੱਸਣਾ ਆਪਾਂ ਨੇ ਇਹ ਹੈ ਕੇਵਲ ਪਹਿਲਾ ਸ਼ਲੋਕ ਜਿਹੜਾ ਅਪਣਾਇਆ ਗਿਆ ਠੀਕ ਹੈ ਅੱਗੇ ਆਜੋ ਮੁੰਨੀਕ ਆਪਰੇਸ਼ਨ ਵਿੱਚੋਂ ਲਏਗੇ ਇਹ ਦੁਬਾਰਾ ਫੇਰ ਰਿਪੀਟ ਹੋਇਆ ਕੁਐਸਚਨ ਸਤਿਆ ਮੇਵ ਜੈਤੇ ਦਾ ਸੰਬੰਧ ਕਿਸ ਨਾਲ ਹੈ ਭਾਰਤ ਦੇ ਰਾਸ਼ਟਰੀ ਚਿੰਨ੍ਹ ਦੇ ਹੇਠਾਂ ਜਿਹੜਾ ਸ਼ੇਰਾਂ ਮੋਢੀ ਮੂਰਤੀ ਹੈ ਜਿਹੜੀ ਆਪਣੀ ਉਸ ਦੇ ਹੇਠਾਂ ਇੱਥੇ ਸਤਿਆਮੇ ਬਚਾਇ ਤੇ ਲਿਖਿਆ ਹੁੰਦਾ ਹੈ ਠੀਕ ਹੈ ਇਹ ਕਿੱਥੋਂ ਲਿਆ ਗਿਆ ਮੁੰਡਿਕ ਉਪਨਿਸ਼ਦ ਚ ਇਹ ਕੁਐਸਚਨ ਬਾਰ-ਬਾਰ ਰਿਪੀਟ ਹੁੰਦਾ ਯਾਦ ਰੱਖਿਓ ਇਸ ਨੂੰ ਬੰਦੇ ਮਾਤਰਮ ਸਭ ਤੋਂ ਪਹਿਲਾਂ ਕਿਸ ਵਿੱਚ ਪ੍ਰਕਾਸ਼ਿਤ ਹੋਇਆ ਬੰਦੇ ਮਾਤਰਮ ਸੀ ਜਿਹੜਾ ਸਭ ਤੋਂ ਪਹਿਲਾਂ ਅਨੰਦ ਮੱਠ ਵਿੱਚ ਵੀ ਜਿਹੜਾ ਪ੍ਰਕਾਸ਼ਿਤ ਹੋਇਆ ਸੀ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਰਾਸ਼ਟਰੀ ਗਾਣ ਸਭ ਤੋਂ ਪਹਿਲਾਂ ਕਦੋਂ ਗਾਇਆ ਗਿਆ ਰਾਸ਼ਟਰੀ ਗਾਣ ਜਿਹੜਾ ਸਭ ਤੋਂ ਪਹਿਲਾਂ 1911 ਦੇ ਵਿੱਚ ਗਾਇਆ ਗਿਆ ਸੀ ਠੀਕ ਹੈ ਨੈਸ਼ਨਲ ਐਂਥਮ ਬੋਲਦੇ ਜਿਸ ਨੂੰ ਆਪਾਂ ਜਾਣਕਾਰ ਮੰਨ ਉਸ ਦੀ ਗੱਲ ਕਰ ਰਹੇ ਹਾਂ ਠੀਕ ਹੈ ਰਾਸ਼ਟਰੀ ਗਾਣ ਅਤੇ ਰਾਸ਼ਟਰੀ ਗੀਤ ਚ ਇਸ ਨੂੰ ਕਨਫਿਊਜ਼ ਨਾ ਕਰਿਓ ਅਗਲਾ ਕੁਐਸਚਨ ਆਪਣੇ ਕੋਲ ਭਾਰਤ ਦਾ ਰਾਸ਼ਟਰੀ ਕੈਲੰਡਰ ਕਿਸ ਯੁੱਗ ਤੇ ਆਧਾਰਿਤ ਹੈ ਠੀਕ ਹੈ ਸਾਕਾ ਹੀਰਾ ਤੇ ਜਿਹੜਾ ਇਹ ਕੈਲੰਡਰ ਹੈ ਜਿਹੜਾ ਆਪਣਾ ਆਧਾਰਿਤ ਹੈ ਠੀਕ ਹੈ ਅਗਲਾ ਕੁਐਸਚਨ ਭਾਰਤ ਦੇ ਰਾਸ਼ਟਰੀ ਗਾਣ ਵਿੱਚ ਸਭ ਤੋਂ ਪਹਿਲਾਂ ਕਿਸ ਪ੍ਰਾਂਤ ਦਾ ਵਰਣਨ ਆਉਂਦਾ ਹੈ ਇਹ ਦੱਸਣਾ ਆਪਾਂ ਨੇ ਕਿਸ ਪ੍ਰਾਂਤ ਦਾ ਵਰਣਨ ਜਿਹੜਾ ਸਭ ਤੋਂ ਪਹਿਲਾਂ ਆਉਂਦਾ ਹੈ ਇਹ ਹੈ ਪੰਜਾਬ ਪੰਜਾਬ ਸਿੰਧ ਗੁਜਰਾਤ ਮਰਾਠਾ ਠੀਕ ਹੈ ਉਸ ਵਿੱਚ ਸਭ ਤੋਂ ਪਹਿਲਾਂ ਪੰਜਾਬ ਦਾ ਵਰਣਨ ਆਉਂਦਾ ਹੈ ਠੀਕ ਹੈ ਕਵੈਸਚਨ ਨੰਬਰ 30 30 ਕਵੈਸਚਨ ਹੋ ਗਿਆ ਆਪਾਂ ਸਪੀਡ ਨਾਲ ਕਰ ਰਹੇ ਹਾਂ ਕਿਉਂਕਿ ਮਤਲਬ ਜ਼ਿਆਦਾ ਟਾਈਮ ਨਹੀਂ ਲਾ ਰਹੇ ਠੀਕ ਹੈ ਭਾਰਤ ਦੇ ਰਾਸ਼ਟਰੀ ਗਾਣ ਵਿੱਚ ਕਿੰਨੀਆਂ ਨਦੀਆਂ ਦਾ ਜ਼ਿਕਰ ਆਉਂਦਾ ਹੈ ਦੋ ਨਦੀਆਂ ਦਾ ਜਿਹੜਾ ਜ਼ਿਕਰ ਆਉਂਦਾ ਹੈ ਭਾਰਤ ਦੇ ਰਾਸ਼ਟਰੀ ਗਾਣ ਵਿੱਚ ਠੀਕ ਹੈ ਭਾਰਤ ਦੇ ਰਾਸ਼ਟਰੀ ਚਿੰਨ ਵਿੱਚ ਕਿੰਨੇ ਸਮੁੰਦਰਾਂ ਦਾ ਵਰਣਨ ਹੈ ਸਿਰਫ ਇੱਕ ਠੀਕ ਹੈ ਭਾਰਤ ਦੇ ਰਾਸ਼ਟਰੀ ਗਾਣ ਵਿੱਚ ਇੱਕ ਸਮੁੰਦਰ ਦਾ ਵਰਣਨ ਹੈ ਠੀਕ ਹੈ ਭਾਰਤ ਦੇ ਰਾਸ਼ਟਰੀ ਝੰਡੇ ਵਿੱਚ ਚਿੱਟਾ ਰੰਗ ਕਿਸ ਚੀਜ਼ ਦਾ ਪ੍ਰਤੀਕ ਹੈ ਇਹ ਦੱਸਣਾ ਤੁਸੀਂ ਚਿੱਟਾ ਰੰਗ ਜਿਹੜਾ ਸੱਚਾਈ ਤੇ ਸ਼ਾਂਤੀ ਦਾ ਪ੍ਰਤੀਕ ਹੈ ਠੀਕ ਹੈ ਭਾਰਤੀ ਰਾਸ਼ਟਰੀ ਕੈਲੰ ਕਦੋਂ ਸ਼ੁਰੂ ਹੁੰਦਾ ਹੈ ਪਹਿਲੀ ਚੇਤਨ ਦਾ ਦਿਨ ਜਿਹੜਾ ਕਦੋਂ ਸ਼ੁਰੂ ਹੁੰਦਾ ਹੈ ਦੱਸਣਾ ਆਪਾਂ ਨੇ ਠੀਕ ਹੈ ਸਧਾਰਨ ਸਾਲ ਵਿੱਚ 22 ਮਾਰਚ ਅਤੇ ਲੀਪ ਦੇ ਸਾਲ ਵਿੱਚ 21 ਮਾਰਚ ਨੂੰ ਜਿਹੜਾ ਆਪਣੇ ਦੇਸੀ ਮਹੀਨੇ ਦੇ ਸਾਬ ਨਾਲ ਜਿਹੜਾ ਕੈਲੰਡਰ ਹੈ ਉਹ ਸ਼ੁਰੂ ਹੁੰਦਾ ਹੈ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਭਾਰਤ ਦਾ ਰਾਸ਼ਟਰੀ ਗਾਣ ਛੋਟਾ ਰੂਪ ਵਿੱਚ ਜਿਸ ਵਿੱਚ ਪਹਿਲੀਆਂ ਤੇ ਆਖਰੀ ਲੈਣਾ ਸ਼ਾਮਿਲ ਹੋਣ ਨੂੰ ਗਾਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਮਤਲਬ ਕਿ ਪਹਿਲੀਆਂ ਤੇ ਆਖਰੀ ਲੈਣਾ ਜਿਹੜਾ ਛੋਟਾ ਰੂਪ ਹੈ ਉਹ 20 ਸੈਕਿੰਡ ਵਿੱਚ ਜਿਹੜਾ ਗਾਇਆ ਜਾਂਦਾ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਚਿੱਤੇ ਨੂੰ ਰਾਸ਼ਟਰੀ ਜਾਨਵਰ ਅਪਣਾਏ ਜਾਣ ਤੋਂ ਪਹਿਲਾਂ ਰਾਸ਼ਟਰੀ ਜਾਨਵਰ ਕਿਹੜਾ ਸੀ ਚਿੱਤੇ ਨੂੰ ਰਾਸ਼ਟਰੀ ਜਾਨਵਰ ਅਪਣਾਏ ਜਾਣ ਤੋਂ ਪਹਿਲਾਂ ਆਪਣਾ ਰਾਸ਼ਟਰੀ ਜਾਨਵਰ ਸੀ ਉਹ ਸੀ ਸ਼ੇਰ ਠੀਕ ਹੈ ਇਹ ਆਪਣੇ ਪੈਂਤੀ ਅਗਲਾ ਕੁਐਸਚਨ ਆਪਣੇ ਕੋਲ ਇੱਥੇ ਰਾਸ਼ਟਰੀ ਗਾਨ ਜਿਹੜਾ ਆਪਾਂ ਨੇ ਦੱਸਣਾ ਹੈ ਠੀਕ ਹੈ ਸ਼ੋ ਨਹੀਂ ਹੋ ਰਿਹਾ ਸੀ ਮੈਂ ਦੁਬਾਰਾ ਥੋੜਾ ਦਿਖਾ ਦਿੰਦਾ ਤੁਹਾਨੂੰ ਰਾਸ਼ਟਰੀ ਗਾਨ ਦੇ ਲੇਖਕ ਨੂੰ ਇਸ ਨੂੰ ਕੀ ਸਲੇਖ ਦਿੱਤਾ ਸੀ ਜਿਹੜਾ ਮਤਲਬ ਕਿ ਜਿਹੜਾ ਰਾਸ਼ਟਰੀ ਗਾਨ ਜਦੋਂ ਬਣਿਆ ਸੀ ਨੈਸ਼ਨਲ ਐਂਥਮ ਉਸ ਦੇ ਲੇਖਕ ਸੀ ਜਿਹੜੇ ਉਹਨਾਂ ਨੇ ਇਹਨੂੰ ਕੀ ਸਲੇਖ ਦਿੱਤਾ ਸੀ ਫਰੀडम ਸੌਂਗ ਆਫ ਇੰਡੀਆ ਭਾਰਤ ਦਿੱਸਤ ਪਰਦਾਸ ਗੇਟ A ਦਿੱਤਾ ਸੀ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਭਾਰਤ ਵਿੱਚ ਬਾਲ ਦਿਵਸ ਕਦੋਂ ਮਨਾਇਆ ਜਾਂਦਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਪਿੱਛੇ ਜੇ ਹੋਣੇ ਜ ਲੰਘ ਕੇ ਹਟਿਆ 14 ਨਵੰਬਰ ਇਹ ਕੁਐਸਚਨ ਕਿਸੇ ਨਾ ਕਿਸੇ ਐਗਜ਼ਾਮ 'ਚ ਜਿਹੜਾ ਪੱਕਾ ਆ ਸਕਦਾ ਕਿਉਂਕਿ ਲੇਟੈਸਟ ਸੀ ਆਪਣੇ ਕਰੰਟ ਨਾਲ ਰਿਲੇਟਡ ਅਗਲਾ ਕੁਐਸਚਨ ਭਾਰਤ ਦੇ ਰਾਸ਼ਟਰੀ ਕੈਲੰਡਰ ਵਿੱਚ ਕਿੰਨੇ ਮਹੀਨੇ ਹੈ ਸੇਮ 12 ਹੀ ਮਹੀਨੇ ਹੈ ਆਪਣੇ ਦੂਜੇ ਕੈਲੰਡਰ ਦੇ ਵਾਂਗ ਠੀਕ ਹੈ ਚਾਰ ਮিনার ਕਿਸ ਸ਼ਹਿਰ ਵਿੱਚ ਸਥਿਤ ਹੈ ਚਾਰ ਮਿਨਾਰ ਹੈ ਜਿਹੜਾ ਹੈ ਹైదరాబాద్ ਵਿੱਚ ਜਿਹੜਾ ਸਥਿਤ ਹੈ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਇਨ੍ਹਾਂ ਵਿੱਚੋਂ ਕਿਸ ਖੇਤਰ ਨੂੰ ਪਹਿਲਾਂ ਕਲਿੰਗਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ? ਹੀਠਾਂ ਵਾਲੇ ਚਾਰ ਆਪਸ਼ਨਾਂ 'ਚ ਦੱਸਣਾ ਤੁਸੀਂ। ਉਸ ਇਸ ਦਾ ਸਹੀ ਆਨਸਰ ਹੋਵੇਗਾ ਉੜੀਸਾ। ਉੜੀਸਾ ਨੂੰ ਪਹਿਲਾਂ ਜਿਹੜਾ ਕਲਿੰਗਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਠੀਕ ਹੈ। ਭਾਰਤ ਦਾ ਅਧਿਆਪਕ ਦਿਵਸ ਕਦੋਂ ਮਨਾਇਆ ਜਾਂਦਾ ਹੈ? ਇਹ ਵੀ ਇੰਪੋਰਟੈਂਟ ਹੈ ਆ ਜਾਂਦਾ ਐਗਜ਼ਾਮ ਵਿੱਚ। 5 ਸਤੰਬਰ ਨੂੰ ਜਿਹੜਾ ਹੈ ਟੀਚਰਸ ਡੇ ਮਨਾਇਆ ਜਾਂਦਾ ਹੈ। ਠੀਕ ਹੈ। ਭਾਰਤ ਰਤਨ ਦਾ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਬਹੁਤ ਇੰਪੋਰਟੈਂਟ ਕੁਐਸਚਨ ਹੈ। ਪਹਿਲੀ ਔਰਤ ਸੀ ਜਿਹੜੀ ਭਾਰਤ ਰਤਨ ਉਹ ਇੰਦਰਾ ਗਾਂਧੀ ਆਪਣੇ ਪੁਰਾਣੇ ਇਹ ਵੀ ਕੁਐਸਚਨ ਕਰਕੇ ਕਰ ਦੇਖਣ ਨੂੰ ਮਿਲਿਆ ਹੈ ਕਿ ਸਰੋਜਨੀ ਨਾਇਡੂ ਕੌਣ ਸੀ ਸਰੋਜਨੀ ਨਾਇਡੂ ਜਿਹੜੇ ਇੱਕ ਕਵਿਤਰੀ ਸੀ ਠੀਕ ਹੈ ਅਗਲਾ ਕੁਐਸਚਨ ਆਪਣੇ ਕੋ ਭਾਰਤ ਵਿੱਚ ਕਿਸੇ ਗਵਰਨਰ ਦੇ ਰਾਜ ਵਿੱਚ ਬਣਨ ਵਾਲੀ ਪਹਿਲੀ ਇਸਤਰੀ ਠੀਕ ਹੈ ਭਾਰਤ ਵਿੱਚ ਕਿਸੇ ਰਾਜ ਦੀ ਗਵਰਨਰ ਜਿਹੜੀ ਬਣਨ ਵਾਲੀ ਪਹਿਲੀ ਇਸਤਰੀ ਕੌਣ ਸੀ ਬਹੁਤ ਜ਼ਿਆਦਾ ਕੁਐਸਚਨ ਇੰਪੋਰਟ ਹੈ ਹੈ ਕਾਫੀ ਵਾਰ ਆਇਆ ਹੋਸੀ ਸਰੋਜਨੀ ਨਾਇਡੂ ਕਾਫੀ ਵਾਰ ਇਗਜ਼ਾਮ ਵਿੱਚ ਰਿਪੀਟ ਹੋਇਆ ਹੈ ਕੁਐਸਚਨ ਤਾਂ ਯਾਦ ਰੱਖਿਓ ਪੱਕਾ ਇਸ ਨੂੰ ਸਹਾਇ ਦੇ ਖੇਤਰ ਵਿੱਚ ਮਹਾਨ ਇਸਤਰੀਆਂ ਜਿਸ ਨੂੰ ਭਾਰਤ ਦੀ ਕੋਇਲਾ ਨਾਈਟਿੰਗਲ ਆਫ ਦਾ ਇੰਡੀਆ ਵੀ ਕਿਹਾ ਜਾਂਦਾ ਹੈ ਕੌਣ ਸੀ ਇਹ ਵੀ ਸਰੋ ਬਹੁਤ ਇੰਪੋਰਟੈਂਟ ਹੈ ਵੀ ਯਾਦ ਰੱਖਿਓ ਆਰਤੀ ਪ੍ਰਦਾਨ ਵਿਸ਼ਵ ਵਿੱਚ ਪਹਿਲੀ ਇਸਤਰੀ ਸੀ ਜਿਸ ਨੇ ਤੈਰ ਕੇ ਜੜੀ ਪਾਰਕਤਾ ਸੀ ਕਿਸ ਚੀਜ਼ ਨੂੰ ਪਾਰ ਕੀਤਾ ਸੀ ਉਹ ਦੱਸਣਾ ਆਪਾਂ ਨੇ ਠੀਕ ਹੈ ਇਹ ਹੈ ਜਿਬਰਲਾਟਰ ਦੀ ਖਾੜੀ ਠੀਕ ਹੈ ਇਹ ਕੁਐਸਚਨ ਅਗਲਾ ਕੁਐਸਚਨ ਆਪਣੇ ਕੋਲ ਜੇਕਰ ਤੁਸੀਂ ਸਾਰਾ ਰੰਜਿੰਗ ਅਜਾਇਬ ਘਰ ਦੇਖਣਾ ਹੋਵੇ ਤਾਂ ਤੁਸੀਂ ਕਿ ਸ਼ਹਿਰ ਵਿੱਚ ਜਾਓਗੇ ਬਸ ਇਹਨਾਂ ਦਾ ਘੁਮਾ ਕੇ ਕੁਐਸਚਨ ਪਾਇਆ ਹੋਇਆ ਹੈ ਬਸ ਪੁੱਛਣ ਦਾ ਮਤਲਬ ਹੈ ਕਿ ਸਾਰਾ ਰੰਜਿੰਗ ਅਜਾਇਬ ਘਰ ਜਿਹੜਾ ਕਿੱਥੇ ਹੈ ਉਹ ਹੈ ਹైదరాబాద్ ਵਿਖੇ ਠੀਕ ਹੈ ਹైదరాబాద్ ਵਿਖੇ ਰਾਸ਼ਟਰੀ ਪੁਲਿਸ ਅਕੈਡਮੀ ਜਿਹੜੀ ਨੈਸ਼ਨਲ ਪੁਲਿਸ ਅਕੈਡਮੀ ਹੈ ਠੀਕ ਹੈ ਕਿਸ ਨੇ ਕਿਸ ਦਿਨ ਨਾਲ ਸੰਬੰਧਿਤ ਹੈ ਸਰਦਾਰ ਪਟੇਲ ਦੇ ਨਾਮ ਨਾਲ ਹੈ ਠੀਕ ਹੈ ਨੈਸ਼ਨਲ ਪੁਲਿਸ ਅਕੈਡਮੀ ਦੀ ਸਰਦਾਰ ਪਟੇਲ ਦੇ ਭਾਰਤ ਦਾ ਪਹਿਲਾ ਗ੍ਰਹਿ ਮੰਤਰੀ ਕੌਣ ਸੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਬੱਲਭਾਈ ਪਟੇਲ ਸੀਗੇ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਠੀਕ ਹੈ ਜਿਨ੍ਹਾਂ ਦੇ ਨਾਮ ਤੇ ਹੀ ਨੈਸ਼ਨਲ ਪੁਲਿਸ ਅਕੈਡਮੀ ਬਣੀ ਹੋਈ ਹੈ ਪੰਜਵਾਂ ਕੁਐਸਚਨ ਆ ਗਿਆ ਹੁਣ ਆਪਣਾ ਪੰਜਵਾਂ ਕੁਐਸਚਨ ਹੈ ਜੇ ਤੁਸੀਂ ਗੋਲਕੰਡਾ ਜਿਹੜਾ ਦੇਖਣਾ ਚਾਹੋ ਤਾਂ ਤੁਸੀਂ ਕਿਸ ਪ੍ਰਾਂਤ ਤੋਂ ਜਾਓਗੇ ਠੀਕ ਹੈ 골ਕੰਡਾ ਦੱਸਣਾ ਆਪਾਂ ਨੇ ਕਿੱਥੇ ਹੈ ਇਹ ਆ ਆਂਧਰਾ ਪ੍ਰਦੇਸ਼ ਵਿਕੇ ਠੀਕ ਹੈ ਅਗਲਾ ਕੁਐਸਚਨ ਰਾਸ਼ਟਰੀ ਝੰਡਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਇੰਪੋਰਟੈਂਟ ਕੁਐਸਚਨ ਹੈ ਵੀ ਰਾਸ਼ਟਰੀ ਝੰਡਾ ਦੇ ਦਿਸਾ ਜਿਹੜਾ ਆਪਣਾ 7 ਦਸੰਬਰ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਇੰਪੋਰਟੈਂਟ ਹੈ ਯਾਦ ਰੱਖਿਓ ਆਰਮਡ ਫੋਰਸ ਫਲੈਗ ਡੇ ਠੀਕ ਹੈ ਯਾਦ ਰੱਖਿਓ ਇੰਪੋਰਟੈਂਟ ਹੈ ਪੁਦਾਨ ਲਹਿਰ ਪੁਦਾਨ ਮੂਵਮੈਂਟ ਕਿਸ ਨੇ ਸ਼ੁਰੂ ਕੀਤੀ ਇਹ ਵੀ ਬਹੁਤ ਇੰਪੋਰਟੈਂਟ ਹੈ ਪੁਦਾਨ ਮੂਵਮੈਂਟ ਯਾਨੀ ਕਿਸ ਨੇ ਸ਼ੁਰੂ ਕੀਤੀ ਸੀ ਉਸੀ ਉਸੀ ਬినੋਬਾ ਭਵੇ ਠੀਕ ਹੈ ਬినੋਬਾ ਭਵੇ